प्यारे विद्यार्थियों, आज दा विषय है प्राचीन भारतीय इतिहास दे मुख सोमे। इस टॉपिक दे उत्ते अज आपां डिस्कशन करन जा रहे हां। हुण इस टॉपिक दे विच आपां प्राचीन भारत दे इतिहास दे मुख सोमियां दे बारे पढ़ांगे। इन्हां नूं चार भागां दे विच वंड लैणे आपां। इन्हां सोमियां नूं सब तो पहला धार्मिक साहित, लौकिक साहित, विदेशियां दे वृतांत, पुरातत्व संबंधी सोमे। ये चारे पार्टां नूं आपां डीप दे विच जाके जां विस्थार दे विच जाके डिस्कस करांगे। सब तो पहला सोमियां दे घट अते निश्चित होण दे कारणां दे बारे पढ़दे हां वी इह घट क्यों मिलदे आ, किहड़े किहड़े कारण ने। सब तो पहला तो है प्राचीन काल दे भारतीयों विच इतिहासिक बुद्धि दी घाट अमरिकत। कुछ विद्वानां दा मत है जां विचार है कि प्राचीन काल दे भारतीयों विच इतिहासिक बुद्धि दी घाट सी। उहनां दी अपने राजियां दे जीवन चरित्र लिखण जां राजनीतिक घटनावां दा मितियां अनुसार वर्णन करन दे विच कोई रुचि नहीं सी। इस लई भारत विच कोई हैरोडोटस जिहड़ा कि इतिहास दे पितामा कहा जांदा, जिन्हां नूं हैरोडोटस पैदा नहीं हो सकिया। 11वीं सदी दे प्रसिद्ध मुसलमान विद्वान एलबरूनी एक स्टेटमेंट दिंदे आ, अपना विचार दिंदे आ। की कहंदे आ ओह, कहंदे हिंदू घटनावां दी इतिहासिक तरतीब वल वधेरे ध्यान नहीं दिंदे सन। हिंदू मतलब कि हिंदू घटनावां दी इतिहासिक तरतीब दे वल वधेरे ध्यान नहीं दिंदे सन। ओह तत्थां दा क्रम अते मिति अनुसार वर्णन करने विच बहुत ज्यादा लापरवाह सन। अते जदों उन्हां नूं कोई सूचना देण दे लई मजबूर किया जांदा तां उन्हां नूं समझ नहीं सी आउंदी कि ओह की कहण। ओह आम तौर ते कहानियां सुनाउण विच जुट जांदे सन जां कहानियां सुनाउणियां आरंभ कर दिंदे सन। ਇਹ ਜਿਹੜੀ ਵਿਚਾਰ ਨੇ ਜਾਂ ਇਹ ਸਟੇਟਮੈਂਟ ਹੈ ਐਲਬਰੂਨੀ ਦੇ ਰਹੇ ਨੇ 11ਵੀਂ ਸਦੀ ਦੇ ਵਿੱਚ। ਫਿਰ ਹੈ ਨੰਬਰ 2 ਤੇ ਹਿੰਦੂਆਂ ਦੀ ਧਰਮ ਅਤੇ ਦਰਸ਼ਨ ਦੇ ਵਿੱਚ ਜ਼ਿਆਦਾ ਜਾਂ ਅਧਿਕ ਰੁਚੀ ਹੋਣਾ। ਪੁਰਾਤਨ ਕਾਲ ਦੇ ਹਿੰਦੂ ਸੁਭਾਅ ਤੋਂ ਹੀ ਧਰਮ ਅਤੇ ਦਰਸ਼ਨ ਵਿੱਚ ਜ਼ਿਆਦਾ ਰੁਚੀ ਰੱਖਦੇ ਸਨ। ਉਹ ਰਾਜਿਆਂ ਅਤੇ ਰਾਜਨੀਤਿਕ ਘਟਨਾਵਾਂ ਨੂੰ ਜ਼ਿਆਦਾ ਮਹੱਤਵ ਨਹੀਂ ਸੀ ਦਿੰਦੇ। ਇਸ ਲਈ ਉਹਨਾਂ ਨੇ ਆਪਣੇ ਕਾਲ ਦਾ ਰਾਜਨੀਤਿਕ ਇਤਿਹਾਸ ਲਿਖਣ ਦੀ ਥਾਂ ਧਰਮ ਅਤੇ ਦਰਸ਼ਨ ਦੇ ਅਧਿਕ ਕੀਮਤੀ ਵਿਸ਼ਿਆਂ ਦੇ ਉੱਤੇ ਪੁਸਤਕਾਂ ਜਾਂ ਕਿਤਾਬਾਂ ਦੀ ਰਚਨਾ ਕੀਤੀ। ਇਹੀ ਕਾਰਨ ਹੈ ਕਿ ਜਿੱਥੇ ਹੈਰੋਡੋਟਸ ਵਰਗੇ ਯੂਰਪ ਦੇ ਵਿਦਵਾਨ ਪੁਰਾਤਨ ਕਾਲ ਦੇ ਵਿਦਵਾਨਾਂ ਨੇ, ਮਤਲਬ ਕਿ ਹੈਰੋਡੋਟਸ ਵਰਗੇ ਜਿਹੜੇ ਵਿਦਵਾਨ ਸੀ ਯੂਰਪ ਦੇ, ਉਹਨਾਂ ਵਿਦਵਾਨਾਂ ਨੇ ਮਹਾਨ ਇਤਿਹਾਸਿਕ ਗ੍ਰੰਥਾਂ ਦੀ ਰਚਨਾ ਕੀਤੀ। ਦੂਜੇ ਪਾਸੇ ਭਾਰਤ ਦੇ ਹਿੰਦੂ ਵਿਦਵਾਨ ਵੇਦ ਉਪਨਿਸ਼ਦ ਅਰਨਾਇਕਾ ਵਰਗੇ ਜਿਹੜੇ ਮਹਾਨ ਗ੍ਰੰਥ ਲਿਖਦੇ ਨੇ ਜਾਂ ਉਹਨਾਂ ਦੀ ਰਚਨਾ ਕਰਦੇ ਨੇ, ਜਿਹੜੇ ਹੁਣ ਤੱਕ ਸੰਸਾਰ ਦੇ ਵਿੱਚ ਅਦੁੱਤੀ ਸਥਾਨ ਰੱਖਦੇ ਨੇ। ਤੀਸਰਾ ਕਾਰਨ ਕੀ ਆ, ਭਾਰਤ ਦੀ ਜਾਤੀ ਪ੍ਰਥਾ। ਬਹੁਤ ਪੁਰਾਤਨ ਕਾਲ ਤੋਂ, ਮਤਲਬ ਕਿ ਬਹੁਤ ਲੰਬੇ ਸਮੇਂ ਤੋਂ ਭਾਰਤ ਵਿੱਚ ਪ੍ਰਚਲਿਤ ਜਾਤੀ ਪ੍ਰਥਾ ਵੀ ਇਤਿਹਾਸਿਕ ਸਮੱਗਰੀ ਦੀ ਘਾਟ ਦਾ ਕਾਰਨ ਬਣਦੀ ਆ ਜਾਂ ਕਾਰਨ ਸਿੱਧ ਹੁੰਦੀ ਆ।
ਇਸ ਪ੍ਰਥਾ ਦੇ ਅਨੁਸਾਰ ਹਿੰਦੂਆਂ ਦੇ ਸਮਾਜ ਨੂੰ ਚਾਰ ਜਾਤਾਂ ਵਿੱਚ ਵੰਡ ਦਿੱਤਾ ਗਿਆ। ਸਭ ਤੋਂ ਉੱਪਰ ਨੰਬਰ ਇੱਕ ਤੇ ਬ੍ਰਾਹਮਣ, ਨੰਬਰ ਦੋ ਤੇ ਕਸ਼ਤਰੀ, ਨੰਬਰ ਤਿੰਨ ਤੇ ਵੈਸ਼, ਨੰਬਰ ਚਾਰ ਤੇ ਸ਼ੂਦਰ। ਹਰੇਕ ਜਾਤੀ ਨੂੰ ਆਪਣੇ ਆਪਣੇ ਕੰਮ ਜਿਹੜੇ ਸੌਂਪ ਦਿੱਤੇ ਗਏ। ਧਰਮ ਤੇ ਸਿੱਖਿਆ ਦਾ ਜਿਹੜਾ ਕੰਮ ਸੀ, ਧਰਮ ਸਿੱਖਿਆ ਜਾਂ ਨਾਲ ਸਾਹਿਤ ਦਾ ਕੰਮ ਸੀ, ਉਹ ਬ੍ਰਾਹਮਣਾਂ ਨੇ ਲੈ ਲਿਆ। ਫਿਰ ਦੂਸਰੇ ਨੰਬਰ ਤੇ ਯੁੱਧ ਕਰਨ ਅਤੇ ਸ਼ਾਸਨ ਪ੍ਰਬੰਧ ਦਾ ਕੰਮ ਸੀ ਜਿਹੜਾ, ਉਹ ਕਸ਼ਤਰੀਆਂ ਨੇ ਲੈ ਲਿਆ। ਇਹਨਾਂ ਦੋਹਾਂ ਉੱਚ ਜਾਤੀਆਂ ਦੀ ਜਿਹੜੀ ਆਮ ਤੌਰ ਤੇ ਇੱਕ ਦੂਜੇ ਦੇ ਨਾਲ ਨਹੀਂ ਸੀ ਵੜਦੀ। ਬ੍ਰਾਹਮਣ ਆਪਣੇ ਆਪ ਨੂੰ ਕਸ਼ਤਰੀਆ ਤੋਂ ਉੱਚਾ ਸਮਝਦੇ ਸਨ, ਇਸ ਲਈ ਉਹ ਕਸ਼ਤਰੀਆਂ ਦਾ ਇਤਿਹਾਸ ਲਿਖ ਕੇ ਉਹਨਾਂ ਦੇ ਮਹੱਤਵ ਨੂੰ ਨਹੀਂ ਸੀ ਵਧਾਉਣਾ ਚਾਹੁੰਦੇ, ਅਤੇ ਉਹ ਧਾਰਮਿਕ ਅਤੇ ਅਧਿਆਤਮਿਕ ਮਾਮਲਿਆਂ ਦੇ ਵਿੱਚ ਰੁੱਝੇ ਰਹਿਣ ਲੱਗੇ। ਬ੍ਰਾਹਮਣਾਂ ਦੇ ਇਸ ਵਿਹਾਰ ਦੇ ਕਾਰਨ ਹੀ ਪ੍ਰਾਚੀਨ ਕਾਲ ਵਿੱਚ ਅਧਿਕ ਇਤਿਹਾਸਕ ਗ੍ਰੰਥ ਨਾ ਲਿਖੇ ਜਾ ਸਕੇ, ਕਿਉਂਕਿ ਇਤਿਹਾਸਕ ਜਾਂ ਦੂਜੇ ਗ੍ਰੰਥ ਲਿਖਣਾ ਜਾਤੀ ਪ੍ਰਥਾ ਅਨੁਸਾਰ ਬ੍ਰਾਹਮਣਾਂ ਦਾ ਹੀ ਕੰਮ ਸੀ। ਚੌਥਾ ਕਾਰਨ, ਪ੍ਰਾਚੀਨ ਭਾਰਤ ਵਿੱਚ ਏਕਤਾ ਦੀ ਘਾਟ। ਪ੍ਰਾਚੀਨ ਕਾਲ ਵਿੱਚ ਆਮ ਤੌਰ ਤੇ ਭਾਰਤ ਵਿੱਚ ਏਕਤਾ ਦੀ ਜਿਹੜੀ ਘਾਟ ਪਾਏਗੀ, ਇਸ ਕਾਰਨ ਵੀ ਪੁਰਾਤਨ ਕਾਲ ਦਾ ਨਿਸ਼ਚਿਤ ਜਿਹੜਾ ਇਤਿਹਾਸ ਉਹ ਨਹੀਂ ਲਿਖਿਆ ਜਾ ਸਕਿਆ। ਚੰਦਰਗੁਪਤ ਮੌਰੀਆ ਤੋਂ ਪਹਿਲਾਂ ਸਦੀਆਂ ਤੱਕ ਭਾਰਤ ਬਹੁਤ ਛੋਟੇ ਛੋਟੇ ਰਾਜਾਂ ਦੇ ਵਿੱਚ ਵੰਡਿਆ ਰਿਹਾ। ਮੌਰੀਆ ਸਾਮਰਾਜ ਦੇ ਪਤਨ ਪਿੱਛੋਂ ਫਿਰ ਭਾਰਤ ਦੀ ਏਕਤਾ ਨਸ਼ਟ ਹੋ ਗਈ। ਇਸੇ ਤਰ੍ਹਾਂ ਗੁਪਤ ਸਾਮਰਾਜ ਦੀ ਸਥਾਪਨਾ ਤੋਂ ਪਹਿਲਾਂ ਅਤੇ ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਭਾਰਤ ਵਿੱਚ ਛੋਟੇ ਛੋਟੇ ਅਣਗਿਣਤ ਰਾਜ ਸਥਾਪਿਤ ਹੋ ਗਏ ਸੀ। ਦੇਸ਼ ਦੀ ਰਾਜਨੀਤਿਕ ਏਕਤਾ ਦੀ ਘਾਟ ਦੇ ਨਾਲ ਨਾਲ ਭਾਰਤ ਦੇ ਲੋਕਾਂ ਵਿੱਚ ਸਮਾਜਿਕ ਏਕਤਾ ਦੀ ਵੀ ਘਾਟ ਪਾਈ ਗਈ ਸੀ। ਇੱਥੇ ਵੱਖ ਵੱਖ ਜਾਤੀਆਂ ਜਿਵੇਂ ਕਿ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ ਤੇ ਵੱਖ ਵੱਖ ਧਰਮਾਂ ਦੇ ਲੋਕ ਹਿੰਦੂ, ਜੈਨ, ਬੋਧੀ ਆਦਿ ਰਹਿੰਦੇ ਸਨ। ਇਹਨਾਂ ਪ੍ਰਸਥਿਤੀਆਂ ਵਿੱਚ ਭਾਰਤ ਦਾ ਨਿਸ਼ਚਿਤ ਇਤਿਹਾਸ ਲਿਖਿਆ ਜਾਣਾ ਅਸੰਭਵ ਸੀ, ਕਿਉਂਕਿ ਕਿਸੇ ਵੀ ਦੇਸ਼ ਦਾ ਤਰਤੀਬਵਾਰ ਇਤਿਹਾਸ ਲਿਖਣ ਲਈ ਉਸ ਦੇਸ਼ ਅਤੇ ਦੇਸ਼ ਵਾਸੀਆਂ ਦੀ ਏਕਤਾ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨੰਬਰ ਪੰਜ, ਪ੍ਰਾਚੀਨ ਕਾਲ ਦੇ ਭਾਰਤੀਆਂ ਦਾ ਇਤਿਹਾਸ ਸੰਬੰਧੀ ਦ੍ਰਿਸ਼ਟੀਕੋਣ। ਹੁਣ ਇੱਥੇ ਜਿਹੜੇ ਇਤਿਹਾਸਕਾਰ ਨੇ ਜਾਂ ਵਿਦਵਾਨ ਨੇ, ਉਹ ਆਪਣੇ ਆਪਣੇ ਵਿਚਾਰ ਦਿੰਦੇ ਨੇ, ਉਹਨਾਂ ਦਾ ਕਹਿਣਾ ਕੀ ਆ। ਪ੍ਰਾਚੀਨ ਕਾਲ ਦੇ ਭਾਰਤੀਆਂ ਨੂੰ ਇਤਿਹਾਸ ਲਿਖਣ ਵਿੱਚ ਕੋਈ ਰੁਚੀ ਨਹੀਂ ਸੀ, ਕੁਝ ਵਿਦਵਾਨ ਤੇ ਕਰਨ। ਉਹਨਾਂ ਲੋਕਾਂ ਦਾ ਇਤਿਹਾਸ ਸੰਬੰਧੀ ਵਿਸ਼ੇਸ਼ ਦ੍ਰਿਸ਼ਟੀਕੋਣ ਜਿਹੜਾ ਸੀਗਾ, ਉਹ ਇੱਕ ਵੱਖਰੇ ਤਰ੍ਹਾਂ ਦਾ ਸੀ, ਵਿਸ਼ੇਸ਼ ਦ੍ਰਿਸ਼ਟੀਕੋਣ ਨਹੀਂ ਸੀ ਹੈਗਾ। ਜਦ ਹੁਣ ਡਾਕਟਰ ਮੁਖਰਜੀ ਹੋਇਆ ਇਤਿਹਾਸਕਾਰ, ਉਹ ਕੀ ਕਹਿੰਦੇ ਨੇ, ਭਾਰਤੀ ਪਰੰਪਰਾ ਅਨੁਸਾਰ ਇਤਿਹਾਸ ਨਾਇਕਾਂ ਦੀ ਜਾਂ ਕਿਸੇ ਕਾਲ ਦੇ ਪ੍ਰਤੀਨਿਧੀਆਂ ਦੀ ਜੀਵਨ ਕਥਾ ਨਹੀਂ, ਬਲਕਿ ਯੁੱਗ ਜੁਗੰਤਰਾਂ ਦੀ ਪ੍ਰਕਿਰਿਆ ਹੈ, ਜਿਸ ਦੇ ਅਨੁਸਾਰ ਮਨੁੱਖਾਂ ਦੀ ਨਹੀਂ ਬਲਕਿ ਮਨੁੱਖ ਜਾਤੀ ਦੀ, ਵਿਸ਼ੇਸ਼ ਜੀਵਨੀਆਂ ਦੀ ਨਹੀਂ ਬਲਕਿ ਮਨੁੱਖੀ ਜੀਵਨ ਦੀ ਉਤਪੱਤੀ, ਵਿਕਾਸ ਅਤੇ ਨਾਸ਼ ਕ੍ਰਮ ਅਨੁਸਾਰ ਹੁੰਦੇ ਹਨ।
ਇਹ ਜਿਹੜੀ ਸਟੇਟਮੈਂਟ ਆ ਉਹ ਡਾਕਟਰ ਮੁਖਰਜੀ ਦੇ ਰਹੇ ਨੇ ਹਿੰਦੂਆਂ ਦਾ ਇਤਿਹਾਸ ਦੇ ਸੰਬੰਧ ਵਿੱਚ ਅਤਿਅੰਤ ਵਿਸ਼ਾਲ ਦ੍ਰਿਸ਼ਟੀਕੋਣ ਸੀ। ਉਹ ਆਪਣੇ ਕਾਲ ਦੇ ਰਾਜਿਆਂ ਦਾ ਜੀਵਨ ਲਿਖਣਾ ਜਾਂ ਉਸ ਕਾਲ ਦੀਆਂ ਘਟਨਾਵਾਂ ਦਾ ਵਰਣਨ ਕਰਨਾ ਹੀ ਇਤਿਹਾਸ ਨਹੀਂ ਸਮਝਦੇ ਸਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਵਾਸਤਵਿਕ ਇਤਿਹਾਸ ਸਾਰੀ ਮਨੁੱਖ ਜਾਤੀ ਦੀ ਜੁਗਾਂ ਜੁਗੰਤਰਾਂ ਦਾ ਬਿਰਤਾਂਤ ਹੈ। ਇਸ ਲਈ ਉਹਨਾਂ ਨੇ ਆਪਣੇ ਕਾਲ ਦੀਆਂ ਘਟਨਾਵਾਂ ਨੂੰ ਨਾ ਲਿਖਦੇ ਹੋਏ ਸਾਰੀ ਮਨੁੱਖ ਜਾਤੀ ਨਾਲ ਸੰਬੰਧਿਤ ਸਤਯੁਗ, ਤ੍ਰੇਤਾ ਯੁੱਗ, ਦੁਆਪਰ ਯੁੱਗ ਅਤੇ ਕਲਯੁੱਗ ਦੀਆਂ ਵਿਸ਼ੇਸ਼ਤਾਈਆਂ ਦਾ ਬਿਰਤਾਂਤ ਲਿਖਿਆ। ਉਹਨਾਂ ਦਾ ਇਤਿਹਾਸ ਰਾਜਨੀਤਿਕ ਇਤਿਹਾਸ ਹੋਣ ਦੀ ਥਾਂ ਧਰਮ ਅਤੇ ਦਰਸ਼ਨ ਦਾ ਇਤਿਹਾਸ ਹੈ। ਕੁਝ ਵੀ ਹੋਵੇ, ਹਿੰਦੂਆਂ ਦੇ ਇਸ ਵਿਸ਼ੇਸ਼ ਇਤਿਹਾਸ ਸੰਬੰਧੀ ਦ੍ਰਿਸ਼ਟੀਕੋਣ ਦੇ ਕਾਰਨ ਪ੍ਰਾਚੀਨ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਸੰਬੰਧ ਵਿੱਚ ਸਾਨੂੰ ਬਹੁਤ ਘੱਟ ਗਿਆਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ। ਫਿਰ ਉਸ ਤੋਂ ਬਾਅਦ ਹੈ ਮਿਥਿਹਾਸ ਅਤੇ ਇਤਿਹਾਸ ਦਾ ਮਿਸ਼ਰਣ। ਪ੍ਰਾਚੀਨ ਭਾਰਤੀ ਇਤਿਹਾਸ ਦੇ ਨਿਰਮਾਣ ਦੇ ਵਿੱਚ ਇਤਿਹਾਸਕਾਰਾਂ ਨੂੰ ਇੱਕ ਜਿਹੜੀ ਸਭ ਤੋਂ ਗੰਭੀਰ ਸਮੱਸਿਆ ਜਿਹੜੀ ਆਉਂਦੀ ਹੈ ਉਹ ਕਿਹੜੀ ਹੈ? ਪ੍ਰਾਚੀਨ ਭਾਰਤੀ ਸਾਹਿਤ ਵਿੱਚ ਮਿਥਿਹਾਸ ਤੇ ਇਤਿਹਾਸ ਦਾ ਅਜਿਹਾ ਮਿਸ਼ਰਣ ਮਿਲਦਾ ਹੈ ਕਿ ਇਤਿਹਾਸਕ ਤੱਥਾਂ ਨੂੰ ਕਲਪਿਤ ਕਥਾਵਾਂ ਤੋਂ ਜਾਂ ਕਲਪਿਕ ਕਥਾਵਾਂ ਤੋਂ ਅੱਡ ਕਰਨਾ ਜਾਂ ਅਲੱਗ ਕਰਨਾ ਉਹ ਅਸੰਭਵ ਪ੍ਰਤੀਤ ਹੁੰਦਾ ਹੈ। ਉਸ ਸਮੇਂ ਦੇ ਜ਼ਿਆਦਾਤਰ ਗ੍ਰੰਥ ਧਰਮ ਅਤੇ ਦਰਸ਼ਨ ਨਾਲ ਸੰਬੰਧਿਤ ਹਨ। ਇਹਨਾਂ ਵਿੱਚ ਨਿਸ਼ਚਿਤ ਇਤਿਹਾਸਕ ਤੱਥ ਲੱਭਣੇ ਬਹੁਤ ਔਖੇ ਹਨ। ਲੌਕਿਕ ਗ੍ਰੰਥਾਂ ਵਿੱਚ ਵੀ ਲੇਖਕਾਂ ਤੇ ਕਵੀਆਂ ਨੇ ਅਕਸਰ ਜਿਹੜੀ ਹੈ ਆਪਣੀ ਕਲਪਨਾ ਦੀ ਵਧੇਰੀ ਵਰਤੋਂ ਕੀਤੀ ਹੈ। ਇਸ ਤਰ੍ਹਾਂ ਜਿਹੜਾ ਮਿਥਿਹਾਸ ਤੇ ਇਤਿਹਾਸ ਦਾ ਜਿਹੜਾ ਮਿਸ਼ਰਣ ਮਿਲਦਾ ਉਹਨਾਂ ਦੇ ਵਿੱਚੋਂ ਸਹੀ ਜਿਹੜਾ ਇਤਿਹਾਸ ਕੱਢਣਾ ਅਲੱਗ ਕਰਨਾ ਬਹੁਤ ਜ਼ਿਆਦਾ ਔਖਾ, ਇਹ ਜਿਹੜੀ ਹੈ ਵਿਦਵਾਨਾਂ ਨੂੰ ਇਤਿਹਾਸਕਾਰਾਂ ਨੂੰ ਜਿਹੜੀ ਸਮੱਸਿਆ ਆਉਂਦੀ ਹੈ। ਨੰਬਰ 7, ਪ੍ਰਾਚੀਨ ਇਤਿਹਾਸਕ ਗ੍ਰੰਥਾਂ ਦਾ ਨਸ਼ਟ ਹੋ ਜਾਣਾ। ਹੁਣ ਇੱਥੇ ਵਿਦਵਾਨ ਨੇ ਜਿਹੜੇ ਉਹ ਆਪਣੇ ਵਿਚਾਰ ਦਿੰਦੇ ਨੇ। ਹੁਣ ਵੀ ਏ ਸਮਿਥ, ਡਾਕਟਰ ਵੀ ਏ ਸਮਿਥ ਦੇ ਵਿਚਾਰ ਵਿੱਚ ਪ੍ਰਾਚੀਨ ਕਾਲ ਦੀ ਘੱਟ ਸੋਮਿਆਂ ਦਾ ਕਾਰਨ ਇੱਕ ਕਾਰਨ ਇਹ ਵੀ ਹੈ ਕਿ ਕਈ ਇਤਿਹਾਸਕ ਗ੍ਰੰਥ ਨੇ ਜਿਹੜੇ ਨਸ਼ਟ ਹੋ ਚੁੱਕੇ ਹਨ। ਪ੍ਰਾਚੀਨ ਕਾਲ ਵਿੱਚ ਲਗਭਗ ਸਾਰੇ ਰਾਜਿਆਂ ਦੇ ਦਰਬਾਰ ਦੇ ਵਿੱਚ ਇਤਿਹਾਸਕਾਰ ਹੁੰਦੇ ਸਨ ਜਿਹੜੇ ਆਪਣੇ ਸਰਪ੍ਰਸਤਾਂ ਦੀ ਕਥਾਵਾਂ ਅਤੇ ਆਪਣੇ ਕਾਲ ਦੀਆਂ ਘਟਨਾਵਾਂ ਲਿਖਦੇ ਸਨ। 7ਵੀਂ ਸਦੀ ਵਿੱਚ ਭਾਰਤ ਦੀ ਯਾਤਰਾ ਕਰਨ ਵਾਲੇ ਚੀਨੀ ਯਾਤਰੀ ਹਿਊਨ ਸਾਂਗ ਨੇ ਲਿਖਿਆ ਹੈ ਕਿ ਭਾਰਤ ਵਰਸ਼ ਦੇ ਹਰੇਕ ਪ੍ਰਾਂਤ ਵਿੱਚ ਅਜਿਹਾ ਰਾਜ ਅਧਿਕਾਰੀ ਸੀ ਜਿਹੜਾ ਚੰਗੀਆਂ ਮਾੜੀਆਂ ਸਾਰੀਆਂ ਮਹੱਤਵਪੂਰਨ ਘਟਨਾਵਾਂ ਦਾ ਵਰਣਨ ਲਿਖਦਾ ਰਹਿੰਦਾ ਸੀ। ਬਹੁਤ ਸਮਾਂ ਬੀਤਣ ਦੇ ਕਾਰਨ, ਪ੍ਰਤੀਕੂਲ ਜਲਵਾਯੂ ਦੇ ਕਾਰਨ ਜਾਂ ਰਾਜਨੀਤਿਕ ਕ੍ਰਾਂਤੀਆਂ ਦੇ ਕਾਰਨ ਇਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਗ੍ਰੰਥ ਸੀ ਜਾਂ ਲੇਖ ਸੀ ਉਹ ਨਸ਼ਟ ਹੋ ਗਏ। ਜਿਸ ਦਾ ਨਤੀਜਾ ਕੀ ਨਿਕਲਦਾ ਗਾ ਕਿ ਭਾਰਤੀ ਇਤਿਹਾਸ ਦੇ ਜਿਹੜੇ ਸੋਮੇ ਸੀ ਉਹ ਸੀਮਿਤ ਰਹਿ ਗਏ। ਨੰਬਰ 8, ਅਨਿਸ਼ਚਿਤ ਮਿਤੀਆਂ ਜਿਹੜੀਆਂ ਤਰੀਕਾਂ ਨੇ ਉਹ ਅਨਿਸ਼ਚਿਤ ਨੇ। ਭਾਰਤੀ ਇਤਿਹਾਸ ਦੇ ਆਰੰਭਕ ਕਾਲ ਦੇ ਅਧਿਐਨ ਵਿੱਚ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਔਕੜ ਜਾਂ ਮੁਸ਼ਕਲ ਆਉਂਦੀ ਹੈ ਉਹ ਹੈ ਨਿਸ਼ਚਿਤ ਮਿਤੀਆਂ ਦਾ। ਉਸ ਸਮੇਂ ਦੇ ਸਾਹਿਤਕ ਤੇ ਪ੍ਰਾਪਤਵ ਸੰਬੰਧੀ ਸੋਮਿਆਂ ਤੋਂ ਜਾਂ ਤਾਂ ਇਤਿਹਾਸਕ ਤੱਥਾਂ ਦੀਆਂ ਮਿਤੀਆਂ ਬਾਰੇ ਕੋਈ ਸੂਚਨਾ ਨਹੀਂ ਮਿਲਦੀ ਜਾਂ ਮਿਤੀਆਂ ਬਾਰੇ
ਅਨਿਸ਼ਚਿਤ ਤੇ ਵਿਵਾਦਗ੍ਰਸਤ ਸੂਚਨਾ ਮਿਲਦੀ ਹੈ। ਇੱਕ ਉਦਾਹਰਣ ਦੇ ਤੌਰ ਤੇ ਸਿੱਧੂ ਆਪਣੀ ਸਿੱਧੂ ਘਾਟੀ ਸਭਿਅਤਾ ਦੇ ਕਾਲ ਅਤੇ ਆਰੀਆ ਦੇ ਭਾਰਤ ਵਿੱਚ ਆਉਣ ਦੇ ਸਮੇਂ ਦੇ ਬਾਰੇ ਨਿਸ਼ਚਿਤ ਰੂਪ ਦੇ ਵਿੱਚ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਪ੍ਰਾਚੀਨ ਭਾਰਤੀ ਇਤਿਹਾਸ ਦੀ ਪਹਿਲੀ ਨਿਸ਼ਚਿਤ ਮਿਤੀ 326 ਈਸਵੀ ਪੂਰਵ, ਜਦੋਂ ਕਿ ਜਿਹੜਾ ਕਿ ਯੂਨਾਨ ਦਾ ਰਾਜਾ ਸਿਕੰਦਰ ਭਾਰਤ ਦੇ ਉੱਤੇ ਹਮਲਾ ਕਰਦਾ ਗਾ। ਯੂਨਾਨੀ ਲੇਖਕਾਂ ਨੇ ਦੱਸੀ ਹੈ 326 ਈਸਵੀ ਪੂਰਵ। ਇਸ ਤੋਂ ਬਾਅਦ ਦੇ ਸਮੇਂ ਦੀਆਂ ਮਿਤੀਆਂ ਜ਼ਰੂਰ ਮਿਲਦੀਆਂ ਨੇ, ਪਰ ਵੱਖ ਵੱਖ ਸਮਤਾਂ ਦੀ ਵਰਤੋਂ ਦੇ ਕਾਰਨ ਕਠਿਨਾਈਆਂ ਦਾ ਜਿਹੜਾ ਵਿਦਵਾਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਉਸ ਤੋਂ ਅਗਲਾ ਪੁਆਇੰਟ ਹੈ ਵੱਖ ਵੱਖ ਸਮਤਾਂ ਦੀ ਵਰਤੋਂ। ਜਿਹੜੇ ਸਮਤ ਹੁੰਦੇ, ਜਿਹਨਾਂ ਦਾ ਕੈਲੰਡਰ ਆਪਾਂ ਜਿਹਨਾਂ ਨੂੰ ਕਹਿ ਦਿੰਦੇ ਹਾਂ, ਉਹ ਵੱਖ ਵੱਖ ਕੈਲੰਡਰ ਵਰਤੇ ਗਏ, ਵੱਖ ਵੱਖ ਸਮਤਾਂ ਦੀ ਵਰਤੋਂ ਕੀਤੀ ਗਈ। ਉਹਦੇ ਕਰਕੇ ਜਿਹੜੀਆਂ ਡੇਟਸ ਨੇ ਜਾਂ ਤਰੀਕਾਂ ਨੇ ਉਹ ਮੈਚ ਨਹੀਂ ਕਰਦੀਆਂ। ਪ੍ਰਾਚੀਨ ਕਾਲ ਵਿੱਚ ਭਾਰਤ ਦੇ ਵੱਖ ਵੱਖ ਵੰਸ਼ਾਂ ਅਤੇ ਵੱਖ ਵੱਖ ਰਾਜਿਆਂ ਨੇ ਵੱਖ ਵੱਖ ਸਮਤਾਂ ਦੀ ਵਰਤੋਂ ਕੀਤੀ। ਕਨਿਊਂਗਮ ਨੇ ਭਾਰਤੀ ਸਮਤਾਂ ਦੀ ਪੁਸਤਕ ਕਿਹੜੀ ਲਿਖੀ? ਬੁੱਕ ਆਫ ਇੰਡੀਅਨ ਇਰਾਸ ਵਿੱਚ ਲਿਖਿਆ ਕਿ ਭਾਰਤ ਵਿੱਚ ਸਮੇਂ ਸਮੇਂ ਤੇ ਕੁੱਲ 27 ਸਮਤਾਂ ਦੀ ਵਰਤੋਂ ਕੀਤੀ ਗਈ। ਵਾਸਤਵ ਵਿੱਚ ਇਹਨਾਂ ਸਮਤਾਂ ਦੀ ਗਿਣਤੀ 27 ਤੋਂ ਵੀ ਵਧੇਰੇ ਸੀ। ਇਹਨਾਂ ਵੱਖ ਵੱਖ ਸਮਤਾਂ ਦੇ ਕਾਰਨ ਪ੍ਰਾਚੀਨ ਭਾਰਤੀ ਇਤਿਹਾਸ ਦੀਆਂ ਮਿਤੀਆਂ ਨੂੰ ਠੀਕ ਤਰ੍ਹਾਂ ਸਮਝਣਾ ਹੋਰ ਵੀ ਔਖਾ ਹੋ ਗਿਆ। ਇਹ ਜਿਹੜੀ ਗੱਲ ਆ ਡਾਕਟਰ ਕੁਨਿੰਗਮ ਕਹਿ ਰਿਹਾ। ਨੰਬਰ 10 ਤੇ ਲਾਸਟ ਪੁਆਇੰਟ ਹੈ ਪੁਰਾਤਨ ਲਿਪੀਆਂ ਨੂੰ ਸਮਝਣ ਦੀ ਸਮੱਸਿਆ। ਪ੍ਰਾਚੀਨ ਭਾਰਤ ਦੀਆਂ ਕਈ ਸਿਲਾਵਾਂ, ਤਾਮਰ ਪੱਤਰਾਂ, ਭਵਨਾਂ ਦੀਆਂ ਦੀਵਾਰਾਂ, ਮੋਹਰਾਂ, ਇਹਨਾਂ ਦੇ ਉੱਤੇ ਉੱਪਰੇ ਹੋਏ ਲੇਖ ਮਿਲਦੇ ਹਨ, ਜਿਨ੍ਹਾਂ ਦੀ ਲਿਪੀ ਨੂੰ ਹੁਣ ਤੱਕ ਪੜ੍ਹਿਆ ਜਾਂ ਸਮਝਿਆ ਨਹੀਂ ਜਾ ਸਕਿਆ। ਉਦਾਹਰਣ ਦੇ ਤੌਰ ਤੇ ਜਿਵੇਂ ਕਿ ਸਿੱਧੂ ਘਾਟੀ ਨਾਲ ਸੰਬੰਧਿਤ ਅਨੇਕਾਂ ਸਥਾਨਾਂ ਤੋਂ ਮਿਲੀਆਂ ਮੋਹਰਾਂ ਉੱਤੇ ਜਿਹੜੇ ਉੱਪਰੇ ਹੋਏ ਸ਼ਬਦ ਨੇ ਜਾਂ ਲਿਪੀਆਂ ਨੇ, ਉਹਨਾਂ ਨੂੰ ਵਿਦਵਾਨ ਅੱਜ ਤੱਕ ਪੜ੍ਹਨ ਤੇ ਸਮਝਣ ਦੇ ਵਿੱਚ ਅਸਫਲ ਰਹੇ ਨੇ, ਜਿਸ ਕਾਰਨ ਕਰਕੇ ਸਿੰਧੂ ਘਾਟੀ ਦੀ ਜਿਹੜੀ ਸਭਿਅਤਾ ਨੂੰ ਜਾਂ ਉਸ ਸਭਿਅਤਾ ਨੂੰ ਸਮਝਣਾ ਹਜੇ ਵੀ ਅਧੂਰਾ। ਪੁਰਾਤਨ ਲਿਪੀਆਂ ਨੂੰ ਸਫਲਤਾਪੂਰਵਕ ਸਮਝਣ ਨਾਲ ਕਈ ਵਿਸ਼ਿਆਂ ਤੇ ਇਤਿਹਾਸਕ ਗਿਆਨ ਦੇ ਵਿੱਚ ਜਿਹੜਾ ਮਹੱਤਵਪੂਰਨ ਵਾਧਾ ਹੋ ਸਕੇਗਾ। ਜਦੋਂ ਇਹਨਾਂ ਲਿਪੀਆਂ ਨੂੰ ਸਾਡੇ ਵਿਦਵਾਨ ਪੜ੍ਹਨ ਵਿੱਚ ਕਾਮਯਾਬ ਹੋ ਗਏ ਤਾਂ ਉਦੋਂ ਜਿਹੜਾ ਇਤਿਹਾਸ ਆ ਉਹ ਰੀਅਲ ਇਤਿਹਾਸ ਦੇ ਉੱਤੇ ਜਿਹੜਾ ਚਾਨਣ ਪਵੇਗਾ। ਹੁਣ ਇਹਨਾਂ ਪੁਆਇੰਟਾਂ ਦੇ ਕਰਕੇ ਜਿਹੜੇ ਆਪਾਂ 10 ਪੁਆਇੰਟਾਂ ਦਾ ਜ਼ਿਕਰ ਕੀਤਾ ਗਾ, ਇਹਨਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਜਿਹੜਾ ਭਾਰਤੀ ਇਤਿਹਾਸ ਹੈ ਉਸਦੇ ਜਿਹੜੇ ਸੋਮੇ ਸਾਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਕੀ ਘਾਟਾਂ ਨੇ, ਕੀ ਮੁਸ਼ਕਲਾਂ ਆ ਰਹੀਆਂ ਨੇ ਵਿਦਵਾਨਾਂ ਨੂੰ ਇਤਿਹਾਸ, ਸਹੀ ਇਤਿਹਾਸ ਲਿਖਣ ਦੇ ਵਿੱਚ, ਉਹ ਸਾਨੂੰ ਇਹਨਾਂ 10 ਪੁਆਇੰਟਾਂ ਤੋਂ ਕਲੀਅਰ ਹੋ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਪ੍ਰਾਚੀਨ ਭਾਰਤੀ ਇਤਿਹਾਸ ਦੇ ਸੋਮੇ ਕਿਹੜੇ ਕਿਹੜੇ।